ਅਸਲਾਮ ਅਲੈਕੁਮ, ਮੈਂ ਜੀ ਮੀਰ ਹਮਜ਼ਾ ਸਿੱਧੂ। ਟਾਈਮ ਤਕਰੀਬਨ ਜਾਂ ਤਕਰੀਬਨ 8 ਵੱਜ ਗਏ ਅਤੇ ਸਰਗੀ ਮੈਂ ਉੱਠਿਆ ਹਾਂ ਤਕਰੀਬਨ 3-4-5 ਵਜੇ। ਉਦੋਂ ਜਿਹੜਾ ਬੱਦਲ ਥਾ ਸੀ, ਬਾਰਿਸ਼ ਹੋਣ ਡਈ ਅਤੇ ਬੱਦਲ ਗੱਜਣ ਡੇ ਹਨ। ਸੁਬਹਾ ਸੁਬਹਾ ਉੱਠਿਆ ਅਤੇ ਸੂਰਜ ਚੜ੍ਹਿਆ ਦਾ, ਵੇਖਿਆ ਕੈਸਾ ਮੌਸਮ ਫਿਰ ਪਿੰਡ ਵਿੱਚ। ਅਤੇ ਬਾਕੀ ਜਿਹਾ ਮੌਸਮ ਬੜਾ ਪਿਆਰਾ ਹੋਇਆ, ਠੰਡ ਠੰਡ ਲੱਗਣ ਡਈ ਹੈ। ਮੌਸਮ ਲੱਗਦਾ ਚੇਂਜ ਹੋ ਜਾਏਗਾ, ਹੁਣ ਠੰਡ ਆ ਗਈ ਹੈ। ਉਹ ਗਾਈ ਗੋਬਰ ਕਰਨ ਲੱਗੀ ਅਤੇ ਆਹ ਮਹੀਨੇ ਪਹਿਲਾਂ ਹੀ ਰੇੜੀ ਪਿੱਛੇ ਕਰ ਦਿੱਤੀ ਥੱਲੇ ਡਿੱਗਣ ਤੋਂ ਬਚਾਉਣ ਵਾਸਤੇ, ਕਿ ਵਿੱਚ ਕਰੇਗੀ ਉਹ ਫਿਰ ਵੀ ਥੱਲੇ ਹੀ ਕਰ ਦਿੱਤਾ ਉਹਨੇ। ਆਹ ਮੈਂ ਸੁਬਹਾ ਸੁਬਹਾ ਗੋਹਾ ਸੁੱਟਣ ਦਿਆ। ਅੱਬੂ ਜੀ ਹੋਰੀ ਉੱਤਲ ਪਰਿੰਦਿਆਂ ਪਰੂੰਦਿਆਂ ਦਾ ਜਾਇਜ਼ਾ ਲੈਣ ਡੇ ਨੇ। ਬੱਚੇ ਸੁਬਹਾ ਸੁਬਹਾ ਸਕੂਲ ਜਾਣ ਡੇ ਨੇ। ਇਹ ਨਾਲ ਵੇਖ ਕੇ ਆਪਣਾ ਬਚਪਨ ਯਾਦ ਆ ਜਾਂਦਾ, ਜਦੋਂ ਸੁਬਹਾ ਹੀ ਸਕੂਲ ਜਾਂਦੇ ਹਾਂ। ਬਾਰਿਸ਼ ਹੋਈ ਹੁੰਦੀ ਸੀ ਨਾ, ਅਤੇ ਜਦੋਂ ਸਕੂਲ ਦਾ ਟਾਈਮ ਹੁੰਦਾ ਸੀ ਉਦੋਂ ਬਾਰਿਸ਼ ਬੰਦ ਹੋ ਜਾਂਦੀ ਸੀ। ਪਹਿਲਾਂ ਬਾਰਿਸ਼ ਹੁੰਦੀ ਰਹਿੰਦੀ, ਫਿਰ ਜਦੋਂ ਸਕੂਲ ਜਾਂਦੇ ਫਿਰ ਬਾਰਿਸ਼ ਹੋਣ ਲੱਗ ਪੈਂਦੀ। ਤੂੰ ਨਹੀਂ ਗਿਆ ਸਕੂਲੇ, ਤੇਰਾ ਬਾਹਰ ਨਹੀਂ ਲੱਥਣਾ, ਆਪ ਹੀ ਲਾਉਣਾ ਪੈਣਾ ਤੇਰਾ ਬਾਹਰ। ਚੱਲ ਸਕੂਲੇ ਵਰਦੀ ਪਾ, ਬੱਚੇ ਜਾਣ ਡੇ ਨੇ ਸਕੂਲੇ। ਪੱਬੂ ਨਹੀਂ ਲੱਥੇ ਹੀ ਤੇਰੇ, ਅੱਛਾ ਕਰੋ ਕਿੱਡੀਆਂ ਮੋਟੀਆਂ ਗੱਲਾਂ ਹੋਈਆਂ ਇਹਦੀਆਂ। ਅਰਮਾਨ ਕਿੱਥੇ ਜੀ? ਪਿੰਡ ਕੱਲ ਛੱਡੀ ਉਹਨੂੰ, ਹੁਣ ਹੀ ਸਕੂਲੇ ਜਾਂਦਾ। ਚੰਗਾ ਕੀਤਾ ਜੀ। ਸੁਬਹਾ ਦਾ ਨਾਸ਼ਤਾ ਆ ਗਿਆ, ਚੌਪੜੀਆਂ ਰੋਟੀਆਂ ਅਤੇ ਨਾਲ ਚਾਹ। ਘਰ ਦੇ ਆਉਂਦੇ ਨੇ, ਇੱਥੇ ਨਹੀਂ ਤੈਨੂੰ ਲੱਭਣੀਆਂ ਚਿਕਨ ਕਰਾਈਆਂ ਅਤੇ ਵਾਈਟ ਕਰਾਈਆਂ। ਚੁੱਪ ਕਰਕੇ ਆਇਆ ਹੋਈ ਚਾਹ, ਓ ਗਲਤ ਹੋ ਗਿਆ। ਘਰ ਦੇ ਆਉਂਦੇ ਨੇ, ਇੱਥੇ ਨਹੀਂ ਤੈਨੂੰ ਲੱਭਣੀਆਂ ਚਿਕਨ ਕਰਾਈਆਂ ਅਤੇ ਗੋਸ਼ਤ ਕਰਾਈਆਂ। ਚੁੱਪ ਕਰਕੇ ਅਤੇ ਪੀ ਚਾਹ ਅਤੇ ਨਾ ਰੋਟੀ ਖਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਚਾਹ ਦੇ ਨਾਲ ਕੌਣ ਕੌਣ ਰੋਟੀ ਖਾਂਦਾ ਕਮੈਂਟ ਵਿੱਚ ਦੱਸਿਓ। ਅਹਿਮਦ ਦਾ ਮੂੰਹ ਵੇਖੋ, ਚੈੱਕ ਕਰੋ ਕਿਹੋ ਜਿਹਾ ਹੋ ਗਿਆ ਅੱਜ, ਮੋਟਾ ਮੋਟਾ। ਬਸਤਾ ਦੇ ਘਰ ਅੱਜ ਮਸ਼ਹੂਰ ਲੈ ਕੇ ਆਇਆ ਜੀ। ਮੈਂ ਜਾਣਾ ਵੀਡੀਓ ਸ਼ੀਡੀ ਐਡਿਟ ਕਰਕੇ ਆਇਆ ਅਤੇ ਵੀਡੀਓ ਅਪਲੋਡ ਕਰਨ ਚੱਲਾ ਹੁਣ। ਕੀ ਝੂਠਾ ਮੇਰੀ ਹੁਣ ਹੈ? ਤੇਰੀ ਕਿੱਥੋਂ ਹੋ ਗਈ ਹੈ? ਮੈਂ ਚਲਾਣੀ ਕਰਨੀ ਹੁਣ। ਚੱਲ ਆ ਜਾਓ ਘਰ। ਇਹ ਟਾਇਰ ਨਹੀਂ ਸਹੀ ਜੁੜਿਆ ਅਗਲਾ। ਕੀ ਹੋਇਆ ਇਹਨੂੰ? ਵੇਖੋ ਹੈ ਕੀ। ਕਿਉਂ ਪੰਗੇ ਲੈਣੇ ਤੂੰ? ਘਰ ਲੈ ਕੇ ਚੱਲਾਂ, ਹੱਥ ਜੁੜਨ ਦਿਆ ਨਹੀਂ। ਵੀਡੀਓ ਅਪਲੋਡ ਜਿਹੜਾ ਮੈਂ ਕਰ ਦਿੱਤੀ ਹੈ ਅਤੇ ਵੀਡੀਓ ਅਪਲੋਡ ਕਰਨ ਦਿਆਂ। ਹਾਂ, ਮੈਂ ਸਾਈਕਲ ਲੈ ਕੇ ਆਈ, ਅਗਲਾ ਟਾਇਰ ਖੋਲ ਕੇ ਰੱਖੀ ਨਾ ਘਾਈ ਡੱਬੇ 'ਚ, ਉਹ ਜਰਵਾਣ ਆ ਜਾਂਦੇ ਬਈ ਝੂਟਾ ਲੈਣਾ, ਅਤੇ ਮੈਂ ਜੋੜ ਕੇ ਦਿੱਤਾ, ਹੁਣ ਲੈ ਗਿਆ ਘਰ ਨੂੰ ਪਤਾ ਨਹੀਂ। ਬਾਰਿਸ਼ ਜੀ ਹੈ ਨਾ, ਇੱਕ ਵਾਰੀ ਫੇਰ ਲੱਥ ਪਈ ਹੈ। ਉੱਤਲ ਮੌਸਮ ਨੀਲਾ ਅਸਮਾਨ, ਚਿੱਟੇ ਬਾਦਲ, ਇੱਧਰ ਕਾਲੇ ਕਾਲੇ ਬੱਦਲ। ਘਰ ਆਉਂਦੇ ਜੀ ਹੈ ਨਾ ਕੰਮ 'ਤੇ, ਕੱਲ੍ਹ ਦੀ ਦਿਹਾੜੀ ਬਸ ਰੈਸਟ ਕੀਤੀ ਹੈ, ਉਹ ਵੀ ਬਹਾਨਾ ਲਾ ਲੂ ਕੇ ਮੈਂ ਥੱਕਿਆ ਵਾਂ। ਬਾਕੀ ਕੰਮ ਸ਼ੁਰੂ ਹੈ ਹੁਣ, ਮੈਂ ਚਾਹਵਾਂ ਜੀ ਪੱਠੇ ਲੈਣੇ ਆ, ਪੱਠੇ ਲੈ ਕੇ ਘਰ ਜਾਣ ਡੇ ਹਾਂ। ਸਾਨੂੰ ਪੱਠੇ 'ਚ ਕਾਣ ਆਈ ਸੀ ਨੋਸ਼ੀ। ਚੱਲ ਹੁਣ ਘਰ ਨੂੰ। ਬਿਊਟੀਫੁੱਲ ਬਟਰਫਲਾਈ ਯੈਲੋ ਯੈਲੋ, ਇਧਰ ਹੀ ਨਹਾਏ ਮਾਏ ਹੈਂਡ ਮੇ ਆ ਜਾ। ਜਦੋਂ ਹਨੇਰੀ ਵੀਡੀਓ ਬਣਾ ਉੜ ਜਾਂਦੀ। ਤੁਹਾਨੂੰ ਬਟਰਫਲਾਈ ਪਸੰਦ ਹੈ ਕਿ ਨਹੀਂ, ਕਿ ਪਸੰਦ ਹੈ ਅਤੇ ਕਿਹੜੇ ਕਲਰ ਦੀ ਬਟਰਫਲਾਈ ਪਸੰਦ ਹੈ ਕਮੈਂਟ ਵਿੱਚ ਦੱਸਿਓ। ਵੇਖ ਗਏ ਨਾ ਬਜ਼ੁਰਗਾਂ ਨੂੰ ਸਤਾਉਣ ਲੱਗਾ ਹੈ ਨਾ, ਨਾਲ ਹੀ ਲੈ ਕੇ ਚੱਲਾ। ਜਿਹਨਾਂ ਬਜ਼ੁਰਗਾਂ ਨੇ ਸਤਾਇਆ ਉਹਨਾਂ ਲਾਤੀ ਤਰਵਾਇਆ। ਬੋਝ ਦੀ ਵੱਜ ਗਈ ਸ਼ੋਅ ਮਾਰਨ ਲੱਗਾ ਸੀ ਆਪਣੇ ਨੂੰ, ਕੋਲ ਦੀ ਨਿਗਾਹ ਲੱਗਾ ਸੀ ਛੂੰ ਕਰਦਾ ਅਤੇ ਟਿੜੀ ਭਾਵਾ ਹੋ ਗਈ। ਉਹ ਆਰਾਮ ਨਾਲ ਚਲਾ, ਆਰਾਮ ਨਾਲ ਥੱਲੇ ਨਾ ਦੇ ਦੀ ਗਏ ਤੂੰ। ਸੱਠ ਰੁਪਈਏ ਦਾ ਕਿਰਾਇਆ ਨੀ ਹੁਣ, 150 ਰੁਪਈਆ ਹੁਣ 60 ਰੁਪਈਆ ਕਰਾਇਆ। ਉੱਥੋਂ ਇੱਥੇ ਆਉਣ ਦਾ 2 ਕਿੱਲੇ ਲੈ ਗਿਆ ਬਸ। ਆਮਿਸ਼ ਜਿਹਾ ਨਾ ਸੀ ਉਹ, ਪੱਠੇ ਲਾ ਕੇ ਪਹੁੰਚਿਆ ਜੇ ਮੈਂ ਹੀ ਮਗਰ ਹੀ ਆ ਗਿਆ। ਪੰਜ ਅਤੇ ਪੰਜ 10 ਅਤੇ 5 ਪੰਦਰਾਂ ਸੌ ਰੁਪਈਆ। ਇਸ ਟਾਈਮ ਮੇਰੇ ਕੋਲ ਆਪਣਾ 125 ਜੀ ਨਾ ਕੱਢ ਲਿਆਂਦਾ, ਕੁਛ ਚੀਜ਼ਾਂ ਚੂਜ਼ਾਂ ਅਤੇ ਲੈਣ ਚੱਲਾਂ ਮੈਂ ਸਮਾਨ, ਕਿਉਂਕਿ ਘਰ ਆ ਗਏ ਨੇ ਮਹਿਮਾਨ।
ਸੜਕੇ ਨਵੀਂ ਦੁਕਾਨ ਪਈ ਸੀ ਸਮੋਸਿਆਂ ਪਕੌੜਿਆਂ ਵਾਲੀ ਤੇ ਜਲੇਬੀਆਂ ਜਲੂਬੀਆਂ ਵਾਲੀ ਉਹ ਇਸ ਟਾਈਮ ਬੰਦ ਇੱਕ ਹੋਰ ਦੁਕਾਨ ਹੈ ਵੇ ਉੱਥੇ ਅੱਡੇ 'ਚ ਦੋ ਹੀ ਦੁਕਾਨਾਂ ਨੇ ਇੱਕ ਹੈ ਨਵੀਂ ਪਈ ਇੱਕ ਪਹਿਲਾਂ ਸੀ ਜੇ ਉੱਥੋਂ ਨਾ ਲੱਭੇ ਫਿਰ ਹੋੜ ਕੇ ਪਿੰਡ ਜਾਣਾ ਪੈਣਾ ਉਹ ਮਸੋਸੇ ਹੈ ਨੇ ਨਹੀਂ ਪਿੰਡੂ ਤਾਂ ਨਹੀਂ ਬਾਈ ਸਮੋਸੇ ਲੱਭੇ ਗੋਸ਼ਤ ਲੱਭ ਜਾਣਾ ਸੀ ਉਹ ਮੈਂ ਆਖਿਆ ਫਿਰ ਉੱਥੋਂ ਇਕੱਠੀਆਂ ਹੀ ਲੈ ਲਾਂਗੇ ਚੀਜ਼ਾਂ ਸਾਰੀਆਂ ਹੋਰਾਂ ਤੋਂ ਹੀ ਦੂਜੇ ਪਿੰਡ ਚੱਲੀਏ ਫਿਰ ਉਹ ਅਸੀਂ ਤਾਂ ਗੋਸ਼ਤ ਦੀ ਦੁਕਾਨ ਸਾਡੇ ਪਿੰਡ ਵਾਲੇ ਮੁੰਡੇ ਦੀ ਹੈ ਉਹ ਇੱਥੇ ਆਈ ਕੋਈ ਨਹੀਂ ਕਿੱਥੇ ਆ ਸੋਹਣਿਆ ਸਮਾਨ ਆਇਆ ਪਿਆ ਆਪ ਹੀ ਇੱਥੇ ਆਈ ਨਹੀਂ ਮੈਂ ਪੂਰੀ ਦੁਨੀਆਂ ਦੀ ਨੁੱਕੜਾਂ ਛਾਣ ਛੜੀਆਂ ਮੈਂ ਲੋਕ ਗਿਆ ਮੇਰੇ ਵੇਖ ਕੇ ਕਿਤੇ ਨਹੀਂ ਖਾਓ 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 ਨਹੀਂ ਜਨਾਬ ਤੁਸੀਂ ਖਾਓ ਬਸ ਹੋ ਗਿਆ ਕੀ ਰੇਟ ਜੀ ਅੱਜ ਕੱਲ੍ਹ 400 ਰੁਪਈਆ 2 ਕਿਲੋ ਕੱਟ ਦਿਓ ਕੁਛ ਵੀ ਬਣ ਸਕਦਾ ਘਰ ਦਰਮਿਆਨੀ ਘਰ ਤੋਂ ਮੈਂ ਪੁੱਛ ਕੇ ਨਹੀਂ ਆਇਆ ਘਰ ਦੇ ਆਖਿਆ ਜਾ ਕੇ ਗੋਸ਼ਤ ਲਾਇਆ ਮੈਂ ਗੋਸ਼ਤ ਲੈਣ ਆ ਗਿਆ ਬਸ ਪੁੱਛਿਆ ਨਹੀਂ ਕਿ ਬਿਰਿਆਨੀ ਪਕਾਉਣੀ ਹੈ ਗੋਸ਼ਤ ਪਕਾਉਣਾ ਬਿਰਿਆਨੀ ਵੀ ਪੱਕ ਸਕਦੀ ਹੈ ਤੇ ਗੋਸ਼ਤ ਵੀ ਪੱਕ ਸਕਦਾ ਅੱਧਾ ਬਿਰਿਆਨੀ ਤੇ ਅੱਧਾ ਗੋਸ਼ਤ ਕੁਛ ਵੀ ਹੋ ਸਕਦਾ ਹਾਂਜੀ ਵਕਤ ਦਾ ਕੋਈ ਪਤਾ ਨਹੀਂ ਆਹੋ ਤੇ ਦਰਮਿਆਨਾ ਹੀ ਕਰ ਦਿਓ ਇਹਨਾਂ ਨੂੰ ਕੀ ਹੋ ਗਿਆ ਪਰਿੰਦਿਆਂ ਨੂੰ ਕਿਤੇ ਨਾ ਤਾਂ ਵਿਆਹ ਤਾਂ ਨਹੀਂ ਕੋਈ ਆ ਗਿਆ ਮੈਨੂੰ ਤਾਂ ਲੱਗਦਾ ਕਾਵਾਂ ਦੀ ਜਾਂਚ ਆਈ ਹੈ ਚਾਟੀ ਚ ਰੱਖੇ ਹਨ ਇਹਨਾਂ ਨੀ ਆਂਦੇ ਨੇ ਉਹਨਾਂ ਨੂੰ ਵੀ ਨੋਟ ਹੀ ਆਂਦੇ ਨੇ ਉਹਨਾਂ ਨੂੰ ਨੀਲਾ ਨੋਟ ਲਾਲ ਨੋਟ ਆਂਦੇ ਨੇ ਚਲੋ ਬੜੀ ਮਿਹਰਬਾਨੀ ਮੇਰੇ ਸਿਰ ਤੁਸੀਂ ਕੋਕ ਦੀ ਬੋਤਲ ਪੀ ਲਿਓ ਅੱਛਾ ਠੀਕ ਗੋਸ਼ਤ ਜਿਹਾ ਨਾ ਲੈ ਲਿਆ ਹੁਣ ਪਕੌੜੇ ਸਮੋਸੇ ਰਹਿ ਗਏ ਨੇ ਅਸਲਾਮ ਅਲੈਕੁਮ ਉਹ ਥੋੜ੍ਹਾ ਖਾਓ ਥੋੜ੍ਹਾ ਖਾਓ ਆਪਣੀ ਦੁਕਾਨ ਨੂੰ ਆਪ ਹੀ ਖਾਈ ਜਾਣਾ ਜੇ ਆਵਾਜ਼ ਨਹੀਂ ਤੁਹਾਡੀ ਆਉਂਦੀ ਨਿਕਲਣ ਡਈ ਦੀ ਪਾਣੀ ਵੀ ਪੀਓ ਅੱਛਾ ਜੀ ਚਲੋ ਜੀ ਅੱਲਾ ਹੱਕ ਲਾ ਲੀ ਨਸੀਬ ਕਰੇ ਹਾੜੇ ਨੂੰ ਬਾਕੀ ਕਰੋ ਹਾਂ ਸਮੋਸੇ 5 ਸਮੋਸੇ 150 ਦੇ ਪਕੌੜੇ ਤੇ ਇੱਕ ਅੱਧੀ ਬੋਤਲ ਕਰ ਦਿਓ ਜਲਦੀ ਕਰਿਓ ਜਲਦੀ ਆ ਪਕੌੜੇ ਦਾ ਦਾ ਜੇ ਪਕੌੜੇ ਤੇ ਠੰਡੇ 150 ਦੇ ਕਰ ਦਿਓ ਪਕੌੜੇ ਲੈਣੇ ਸਮੋਸੇ ਲੈਣੇ ਨਾਲ ਕੋਲਡ ਡਰਿੰਕ ਲਈ ਜੇ ਚਲੋ ਜੀ ਫਿਰ ਜਲਦੀ ਚੱਲੀਏ ਘਰ ਨੂੰ ਮਹਿਮਾਨ ਹੈ ਜੀ ਬਹਿ ਰਹੇ ਹੋਏ ਨੇ ਘਰ ਜਿਹਾ ਨਾ ਮੈਂ ਪਹੁੰਚ ਗਿਆ ਵਾਂ ਕੌਣ ਆਇਆ ਜੀ ਅੱਛਾ ਤੂੰ ਨਹੀਂ ਪਰਾਉਣਾ ਸ਼ੁਕਰ ਹੈ ਕਿਤੇ ਲਾਈਟ ਆ ਗਈ ਜੇ ਬਲਬ ਬਲ ਗਿਆ ਮੇਰੇ ਮੋਬਾਈਲ ਦੀ ਬੈਟਰੀ ਜੇ ਹੈ ਨਾ ਤਕਰੀਬਨ 10% ਰਹਿ ਗਈ ਸੀ ਸਵੇਰ ਦੀ ਲਾਈਟ ਹੈ ਨਹੀਂ ਚਾਰਜਿੰਗ ਨਹੀਂ ਕੀਤਾ ਵੀਡੀਓ ਐਡਿਟ ਕਰਕੇ ਅਪਲੋਡ ਕਰਕੇ ਅਮਨ ਦੀ ਵੀਡੀਓ ਵੀ ਅਪਲੋਡ ਕਰਕੇ ਅਤੇ ਵੀਡੀਓ ਬਣਾ ਕੇ ਵੀ 10% ਰਹਿ ਗਈ ਸੀ ਅਤੇ ਪਹਿਲਾਂ ਜਿਹੜਾ ਦੁਪਹਿਰਾਂ ਦਾ ਲੰਚ ਕਰਨੇ ਆ ਉਹੀ ਜਿਹੜਾ ਦਾਲ ਅਤੇ ਚਾਵਲ ਮੇਰੇ ਫੇਵਰੇਟ ਮੈਂ ਕਿਹਾ ਇਹੋ ਹੀ ਖਾ ਲੈਂਦਾ ਵਾਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਹਾਂ ਮੈਂ ਸੁੱਤਾ ਜੇ ਬੱਕਰੀਆਂ ਕਿੰਨੇ ਖਾਣੀਆਂ ਜਵਾਨਾ ਓ ਜਵਾਨਾ ਵੇਖਾਂ ਜਿਵੇਂ ਪਤਾ ਨਹੀਂ ਕਿੰਨੀ ਕਬਾਡੀ ਕਰਕ ਸੁੱਤਾ ਬਣ ਰਿਹਾ ਲਾਭ ਅੱਜ ਮੈਨੂੰ ਪਤਾ ਬੱਕਰੀਆਂ ਖਾਣੀਆਂ ਪੈ ਨਾਟਾ ਕਰਨ ਦੇ ਹੈ ਲੱਗਦਾ ਅੱਜ ਬੱਕਰੀਆਂ ਮੈਨੂੰ ਵੀ ਖੜਨੀਆਂ ਪੈਣੀਆਂ ਅੱਬੂ ਜੀ ਹੋਣੀ ਖਾਰਾ ਲੱਗਿਆ ਜੀ ਬਿਸਕੁਟ ਪ੍ਰਾਹੁਣੇ ਆਗੂ ਵੱਧ ਕੇ ਆਏ ਨੇ ਅਹਿਮਦ ਵੀ ਖਾਰਾ ਲੱਗਾ ਹਮੇਸ਼ ਵੀ ਉੱਠ ਗਏ ਹੁਣ ਜੀ ਬਿਸਕਰਾਂ ਦਾ ਨਾਂ ਲਿਆ ਜਲਦੀ ਜਲਦੀ ਉੱਠ ਗਿਆ ਆ ਗਿਆ ਜੀ ਮੂੰਹ ਕਰੀ ਤਾਂ ਉਹਨੂੰ ਹੱਸਣ ਡਿਆ ਹੁਣ ਜੀ ਬੱਕਰੀਆਂ ਵੀ ਖੜੋ ਜਵਾਨੋ ਉੱਠੋ ਉੱਠੋ ਜਲਦੀ ਚਲੋ ਜੀ ਮੇਰੀ ਕਿਸਮਤ 'ਚ ਵੀ ਹਨ ਬਿਸਕੁਟ ਨਾਲ ਅਤੇ ਮੈਂ ਬੱਕਰੀਆਂ ਲੈ ਕੇ ਤੁਰ ਚੱਲਾ ਹਾਂ ਮੈਂ ਲੇਟ ਹੋਣ ਡਿਆ ਮੈਂ ਜ਼ਰਾ ਕੰਮ ਵੱਧ ਜਾਏਗਾ ਫਿਰ ਹੀ ਜਾਣਾ ਲੈ ਕੇ
ਚਲੋ ਜੀ ਮਸੋਸੇ ਵੀ ਮਿਲ ਗਏ ਨੇ ਅਲਾਮਸ਼ ਪਹਿਲਾਂ ਇੱਕ ਸ਼ਰਤ ਬੱਕਰੀਆਂ ਖੜਨੀਆਂ ਨੀ ਬੱਕਰੀਆਂ ਖੜਨੀਆਂ ਫੇਰ ਮਸੋਸਾ ਮਿਲਣਾ ਹੈਂ ਭਾਂਡੇ ਚੋ ਕੇ ਆਉਂਦੇ ਨਾ ਜਿਹੜੀ ਬਿਸਕੁਟ ਬੁਸਕੁਟ ਲੇਜ਼ਾਂ ਲੂਜ਼ਾਂ ਰੱਖੀਆਂ ਹੁੰਦੀਆਂ ਕੌਣ ਖਾਂਦਾ ਇੰਜ ਅੰਦਰ ਵਰ ਕੇ ਇਹੀ ਤੇ ਖਾਣ ਲੈਂਦੇ ਆ ਅਹਿਮਦ ਨੇ ਵੇਖੋ ਇੰਨੀਆਂ ਚੀਜ਼ਾਂ ਖਾ ਲਈਆਂ ਗੱਲਾਂ ਦੇ ਵਿੱਚ ਫਸਾਈਆਂ ਵੇਖੋ ਡੱਡ ਮੂੰਹ ਐ ਵੇਖੋ ਬਾਂਦਰੀਆਂ ਗਲੇ ਚਾੜ ਲਈਆਂ ਬਾਅਦ ਚ ਖਾਂਦਾ ਰਹੇ ਤੁਹਾਨੂੰ ਮੂੰਹ ਘਰ ਹਾਂ ਹੋਵੇ ਹੋਵੇ ਹੋਈਏ ਵੀ ਕਿੰਨਾ ਕੁਛ ਰੱਖਿਆ ਮੂੰਹ ਚ ਖਾਧਾ ਹੀ ਨੀ ਜਾਣ ਡਿਆ ਹਾਂਜੀ ਕੀ ਪ੍ਰੋਗਰਾਮ ਜਾਣਾ ਚੁਗਾ ਨਾ ਹਮ ਚਲੋ ਜੀ ਫਿਰ ਇਹਨਾਂ ਨੂੰ ਲੈ ਕੇ ਜਾ ਨਾ ਚਲੀਏ ਚਾਚੇ ਪਿੰਡ ਦਾ ਤਾਂ ਪਤਾ ਕੋਈ ਨਹੀਂ ਕਿਦੋਂ ਆਉਣਾ ਅਤੇ ਇਹਨਾਂ ਨੂੰ ਤਾਂ ਭੁੱਖੇ ਮਾੜੀ ਟਾਈਮ ਨਾਲ ਲੈ ਕੇ ਚਲੀਏ ਟਾਈਮ ਤਕਰੀਬਨ ਜਿਹਾ 3 ਵੱਜਣ ਲੱਗੇ ਨੇ ਟਾਈਮ ਸਿਰ ਚਲੀਏ ਫਿਰ ਚਲੋ 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 ਬੜੀਓ ਬੱਕਰੀਓ ਮੈਂ ਓਏ ਕੱਪੜੇ ਵੀ ਨਹੀਂ ਚੇਂਜ ਕੀਤੇ ਚਲੋ ਕੋਈ ਨਹੀਂ ਹੁਣ ਕੱਪੜਿਆਂ ਨਾਲ ਤੁਰ ਚੱਲਦੇ ਹਾਂ ਲੇ ਕੱਪੜੇ ਚੇਂਜ ਕਰਨ ਲੱਗ ਪਏ ਫਿਰ ਬੱਕਰੀਆਂ ਕਿਸੇ ਦੀ ਫਸਲਾਂ 'ਚ ਪੈ ਜਾਣੀਆਂ ਬੱਕਰੀਆਂ ਮੇੜੀਆਂ ਜਾ ਕਰੋ ਤੁਰ ਗਈਆਂ ਅੱਜ ਹਾਈਏ ਜੀ ਇਹ ਤਾਂ ਮੈਂ ਕੱਪੜੇ ਚੇਂਜ ਕਰਨ ਲੱਗ ਪੈਂਦਾ ਅਤੇ ਇਹਨਾਂ 'ਤੇ ਉਂਝ ਪਤਾ ਨਹੀਂ ਕਿੱਥੇ ਨਾ ਜਾਣਾ ਸੀ ਵੇਖਿਓ ਨਾ ਕਿਸੇ ਦੀ ਫਸਲਾਂ 'ਚ ਪੈ ਗਈਆਂ ਨੇ ਆ ਕੇ ਮਾਸ਼ਾਅੱਲਾ ਜੀ ਖੂਬਸੂਰਤ ਸਨਸੈਟ ਤਾਂ ਕਹਿ ਨਹੀਂ ਸਕਦਾ ਕਿਉਂਕਿ ਸਨ ਨਜ਼ਰ ਹੀ ਨਹੀਂ ਆਉਣ ਡਿਆ ਵੇਖੋ ਸਾਡੀ ਨੋਸ਼ੀ ਧਿਆਨ ਰੱਖਦੀ ਪਈ ਹੈ ਬੱਕਰੀਆਂ ਨੂੰ ਮੋਰਨ ਡਈ ਹੈ ਅਮਿਸ਼ ਦੇ ਕੰਮ ਜਾ ਕੇ ਸਾਈਕਲ ਲੈ ਕੇ ਪਾਉਣ ਡਿਆ ਅੱਜ ਤੇਰਾ ਮੈਂ ਕਰ ਲੈਣਾ ਇਲਾਜ ਵੱਜੂ ਗਲੋਈਆ ਤੇਰਾ ਇਲਾਜ ਕਰ ਲੈਣਾ ਕੱਲ੍ਹ ਤੂੰ ਚਾਰੇਗਾ ਤੂੰ ਮੈਂ ਨਹੀਂ ਜਾਣਨੀ ਆ ਕਰ ਲਾਇਆ ਤੈਨੂੰ ਇੰਨਾ ਪਿਆ ਮੈਂ ਆਰਾਮ ਨਾਲ ਬੱਕਰੀਆਂ ਲੈ ਕੇ ਘਰ ਵਾਪਸ ਜਾਣ ਡਿਆ ਹੁਣ ਬੱਕਰੀਆਂ ਬੰਨ ਕੇ ਹੱਥ ਮੂੰਹ ਜਿਹਾ ਨਾ ਧੋ ਲੈਣੇ ਹੁਣ ਜਾ ਕੇ ਡਿਨਰ ਕਰੀ ਅੱਜ ਪੱਕੀਆਂ ਨੇ ਬੋਟੀਆਂ ਰਾਤ ਦਾ ਡਿਨਰ ਆ ਗਿਆ ਰੋਟੀ ਅਤੇ ਨਾਲ ਕੱਲੀ ਕੱਲੀ ਬੋਟੀ ਨਾਲ ਵਿੱਚ ਕੀ ਨੇ ਟਿੰਡ ਮੈਨੂੰ ਚਾਅ ਜਿਹੜਾ ਇਹ ਬਹੁਤੀਆਂ ਬੋਟੀਆਂ ਲੱਭਣਗੀਆਂ ਬਹੁਤੀਆਂ ਬੋਟੀਆਂ 'ਚ ਪ੍ਰਾਹੁਣੇ ਅੱਗੇ ਤੁਰ ਗਈਆਂ ਮੇਰੇ ਹੱਥੀ ਕੋਈ ਆਈ ਹੈ ਚਲੋ ਕੋਈ ਨਹੀਂ ਇੰਨੇ ਨਾਲ ਗੁਜ਼ਾਰਾ ਕਰਨਾ ਪੈਣਾ ਬੋਟੀਆਂ ਉਦੋਂ ਦੀਆਂ ਟੋੜਦੇ ਖਾਣੇ ਪਏ ਫਿਰ ਆਦਤ ਬਣ ਗਈ ਸੀ ਨਾ ਬਿਸਮਿਲਲਾ ਚਲੋ ਜੀ ਇੱਕ ਹੀ ਖਾ ਲੈਂਦੇ ਹਾਂ ਬਿਸਮਿਲਲਾ ਰਹਿਮਾਨ ਰਹੀਮ ਇਹ ਪਤਾ ਨਹੀਂ ਕਿਹਦੀ ਆਵਾਜ਼ ਕਮੈਂਟ ਵਿੱਚ ਦੱਸਿਆ ਭਲਾ ਰਾਤ ਨੂੰ ਜਿਉਂ ਰਾਤ ਹੁੰਦੀ ਨਾ ਕਰਨ ਲੱਗ ਪੈਂਦਾ ਬਾਕੀ ਕਮੈਂਟ ਵਿੱਚ ਦੱਸਿਓ ਤੁਹਾਨੂੰ ਪਤਾ ਮੈਨੂੰ ਲੱਗਦਾ ਬੀਂਡੇ ਬੂੰਡੇ ਕੋਈ ਤਿੱਤਲੀ ਜੀ ਸੁਣਿਆ ਅਸੀਂ ਉਦੋਂ ਅਤੇ ਬਾਕੀ ਚਲੋ ਕੋਈ ਅੱਜ ਦਾ ਵਲੋਗ ਇੱਥੇ ਕਰਨੇ ਇਨਸ਼ਾਅੱਲਾ ਮਿਲਾਂਗੇ ਸੁਬਹ ਨੈਕਸਟ ਵਲੋਗ 'ਚ ਰੋਟੀ ਛੋਟੀ ਖਾ ਕੇ ਬਾਹਰੋਂ ਨਿਕਲਿਆ ਮੈਂ ਅਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਮੈਨੂੰ ਦੋ ਇਜਾਜ਼ਤ ਫਕੀਰਾਨਾ ਸਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਅੱਲਾ ਹਾਫਿਜ਼